ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇਹਨਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਸਕਰੀਨ 'ਤੇ ਤੁਹਾਨੂੰ ਇੱਕ ਡਿਲੀਵਰੀ ਬੁਆਏ ਨਜ਼ਰ ਆਉਂਦਾ ਹੋਵੇਗਾ। ਇਸ ਡਿਲੀਵਰੀ ਬੁਆਏ ਦੇ ਨਾਲ ਇੱਕ ਲੁਟੇਰੇ ਦੇ ਵੱਲੋਂ ਸ਼ਰੇਆਮ ਲੁੱਟ ਕੀਤੀ ਗਈ। ਚਿੱਟੇ ਦਿਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਉਂ ਹੀ ਇਹ ਡਿਲੀਵਰੀ ਬੁਆਏ ਆਪਣੇ ਬਾਈਕ 'ਤੇ ਸਵਾਰ ਹੋਇਆ, ਇਹਨਾਂ ਨੂੰ ਇੱਕ ਲੁਟੇਰਾ ਤੇਜ਼ਧਾਰ ਦਾਤ ਲੈ ਕੇ ਆਇਆ। ਪਹਿਲਾਂ ਉਸਨੇ ਮੋਟਰਸਾਈਕਲ ਦੀ ਚਾਬੀ ਕੱਢੀ, ਫਿਰ ਉਸਦਾ ਚੈਸਟ ਬੈਗ ਖੋਲਿਆ। ਦੱਸਦੀਏ ਕਿ ਇਸ ਬੈਗ ਦੇ ਵਿੱਚ ਪੈਸੇ ਸੀ ਜੋ ਇਸਨੇ ਕੰਪਨੀ ਦੇ ਵਿੱਚ ਜਮ੍ਹਾਂ ਕਰਵਾਉਣੇ ਸੀ, ਪਰ ਉਸ ਤੋਂ ਪਹਿਲਾਂ ਹੀ ਲੁਟੇਰੇ ਨੇ ਇਸਦਾ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਖੋਲਿਆ। ਔਰ ਇਹ ਡਿਲੀਵਰੀ ਬੁਆਏ ਦੇਖਦਾ ਹੀ ਰਹਿ ਗਿਆ ਕਿਵੇਂ ਦਿਨ ਦਿਹਾੜੇ ਇਸ ਲੁਟੇਰੇ ਦੇ ਵੱਲੋਂ ਲੁੱਟ ਕੀਤੀ ਗਈ। ਦੱਸਦੇ ਕਿ ਪੁਲਿਸ ਚੌਂਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ। ਇੱਥੇ ਸ਼ਿੰਗਾਰ ਸਿਨੇਮਾ ਦੀ ਬੈਕ ਸਾਈਡ ਰਣਜੀਤ ਪਾਰਕ ਦੀ ਗਲੀ ਦੇ ਵਿੱਚ ਇਹ ਲੁੱਟ ਕੀਤੀ ਗਈ। ਦਾਤ ਦਿਖਾ ਕੇ ਇੱਕ ਡਿਲੀਵਰੀ ਬੁਆਏ ਨੂੰ ਨਿਸ਼ਾਨਾ ਬਣਾਇਆ ਗਿਆ। ਸਭ ਤੋਂ ਪਹਿਲਾਂ ਇਸਨੇ ਮੋਟਰਸਾਈਕਲ ਦੀ ਚਾਬੀ ਕੱਢੀ, ਫਿਰ ਦਾਤ ਦਿਖਾਇਆ, ਫਿਰ ਉਸਦਾ ਪੈਸਿਆਂ ਦੇ ਨਾਲ ਭਰਿਆ ਹੋਇਆ ਚੈਸਟ ਬੈਗ ਖੋਲ੍ਹਿਆ ਔਰ ਮੌਕੇ ਤੋਂ ਫਰਾਰ ਹੋ ਗਿਆ। ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਵੇਂ ਇੱਕ ਡਿਲੀਵਰੀ ਬੁਆਏ ਦੇ ਨਾਲ ਲੁੱਟ ਕੀਤੀ ਗਈ, ਉਹ ਵੀ ਚਿੱਟੇ ਦਿਨ। ਲੋਕ ਆ ਜਾ ਰਹੇ ਨੇ ਪਰ ਕਿਸੇ ਨੂੰ ਕੰਨੋ ਕੰਨ ਵੀ ਖਬਰ ਨਾ ਹੋਈ। ਤਾਂ ਹੁਣ ਪੀੜਤ ਡਿਲੀਵਰੀ ਬੁਆਏ ਨੇ ਆਪਣੀ ਲੁੱਟ ਦੀ ਸਾਰੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ। ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇਹਨਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਸਕਰੀਨ 'ਤੇ ਤੁਹਾਨੂੰ ਇੱਕ ਡਿਲੀਵਰੀ ਬੁਆਏ ਨਜ਼ਰ ਆਉਂਦਾ ਹੋਵੇਗਾ। ਇਸ ਡਿਲੀਵਰੀ ਬੁਆਏ ਦੇ ਨਾਲ ਇੱਕ ਲੁਟੇਰੇ ਦੇ ਵੱਲੋਂ ਸ਼ਰੇਆਮ ਲੁੱਟ ਕੀਤੀ ਗਈ। ਚਿੱਟੇ ਦਿਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਉਂ ਹੀ ਇਹ ਡਿਲੀਵਰੀ ਬੁਆਏ ਆਪਣੇ ਬਾਈਕ 'ਤੇ ਸਵਾਰ ਹੋਇਆ, ਇਹਨਾਂ ਨੂੰ ਇੱਕ ਲੁਟੇਰਾ ਤੇਜ਼ਧਾਰ ਦਾਤ ਲੈ ਕੇ ਆਇਆ। ਪਹਿਲਾਂ ਉਸਨੇ ਮੋਟਰਸਾਈਕਲ ਦੀ ਚਾਬੀ ਕੱਢੀ, ਫਿਰ ਉਸਦਾ ਚੈਸਟ ਬੈਗ ਖੋਲ੍ਹਿਆ। ਦੱਸਦੀਏ ਕਿ ਇਸ ਬੈਗ ਦੇ ਵਿੱਚ ਪੈਸੇ ਸੀ ਜੋ ਇਸਨੇ ਕੰਪਨੀ ਦੇ ਵਿੱਚ ਜਮ੍ਹਾਂ ਕਰਵਾਉਣੇ ਸੀ, ਪਰ ਉਸ ਤੋਂ ਪਹਿਲਾਂ ਹੀ ਲੁਟੇਰੇ ਨੇ ਇਸਦਾ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਖੋਲ੍ਹਿਆ। ਔਰ ਇਹ ਡਿਲੀਵਰੀ ਬੁਆਏ ਦੇਖਦਾ ਹੀ ਰਹਿ ਗਿਆ ਕਿਵੇਂ ਦਿਨ ਦਿਹਾੜੇ ਇਸ ਲੁਟੇਰੇ ਦੇ ਵੱਲੋਂ ਲੁੱਟ ਕੀਤੀ ਗਈ। ਦੱਸਦੇ ਕਿ ਪੁਲਿਸ ਚੌਂਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ। ਇੱਥੇ ਸ਼ਿੰਗਾਰ ਸਿਨੇਮਾ ਦੀ ਬੈਕ ਸਾਈਡ ਰਣਜੀਤ ਪਾਰਕ ਦੀ ਗਲੀ ਦੇ ਵਿੱਚ ਇਹ ਲੁੱਟ ਕੀਤੀ ਗਈ। ਦਾਤ ਦਿਖਾ ਕੇ ਇੱਕ ਡਿਲੀਵਰੀ ਬੁਆਏ ਨੂੰ ਨਿਸ਼ਾਨਾ ਬਣਾਇਆ ਗਿਆ। ਸਭ ਤੋਂ ਪਹਿਲਾਂ ਇਸਨੇ ਮੋਟਰਸਾਈਕਲ ਦੀ ਚਾਬੀ ਕੱਢੀ, ਫਿਰ ਦਾਤ ਦਿਖਾਇਆ, ਫਿਰ ਉਸਦਾ ਪੈਸਿਆਂ ਦੇ ਨਾਲ ਭਰਿਆ ਹੋਇਆ ਚੈਸਟ ਬੈਗ ਖੋਲ੍ਹਿਆ ਔਰ ਮੌਕੇ ਤੋਂ ਫਰਾਰ ਹੋ ਗਿਆ। ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿਵੇਂ ਇੱਕ ਡਿਲੀਵਰੀ ਬੁਆਏ ਦੇ ਨਾਲ ਲੁੱਟ ਕੀਤੀ ਗਈ, ਉਹ ਵੀ ਚਿੱਟੇ ਦਿਨ। ਲੋਕ ਆ ਜਾ ਰਹੇ ਨੇ ਪਰ ਕਿਸੇ ਨੂੰ ਕੰਨੋ ਕੰਨ ਵੀ ਖਬਰ ਨਾ ਹੋਈ। ਤਾਂ ਹੁਣ ਪੀੜਤ ਡਿਲੀਵਰੀ ਬੁਆਏ ਨੇ ਆਪਣੀ ਲੁੱਟ ਦੀ ਸਾਰੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ।